ਸੋ ਜੇ ਮੈਂ ਕਹਾਂ ਦੇ ਆਸਕਡ ਜਾਂ ਮੈਂ ਕਹਾਂ ਦੇ ਵਰ ਆਸਕਡ ਇਹਨਾਂ ਦੋਨਾਂ ਚ ਕੀ ਡਿਫਰੈਂਸ ਹੈ ਫਰਸਟ ਦੇ ਵਿੱਚ ਕੀ ਹੈ ਉਹਨਾਂ ਨੇ ਪੁੱਛਿਆ ਸੈਕੰਡ ਦੇ ਵਿੱਚ ਉਹਨਾਂ ਨੇ ਪੁੱਛਿਆ ਸੀ ਗਲਤ ਹੈ ਇਫ ਆਈ ਸੇ ਦੇ ਇਫ ਆਈ ਸੇ ਆਈ ਸੈਡ ਮੈਂ ਕਿਹਾ ਆਈ ਟੋਲਡ ਮੈਂ ਦੱਸਿਆ ਆਈ ਆਸਕਡ ਮੈਂ ਪੁੱਛਿਆ ਆਈ ਆਸਕਡ ਏ ਕੁਐਸਚਨ ਮੈਂ ਇੱਕ ਕੁਐਸਚਨ ਪੁੱਛਿਆ ਆਈ ਵਾਸ ਆਸਕਡ ਏ ਕੁਐਸਚਨ ਤੁਹਾਨੂੰ ਲੱਗਦਾ ਮੈਂ ਪੁੱਛਿਆ ਡੂ ਥਿੰਕ ਮੈਂ ਪੁੱਛਿਆ ਮੈਨੂੰ ਪੁੱਛਿਆ ਗਿਆ ਦੂ ਯੂ ਅੰਡਰਸਟੈਂਡ ਇਫ ਆਈ ਸੇ ਆਈ ਆਸਕਡ ਅ ਕੁਐਸਚਨ ਮੈਂ ਪੁੱਛਿਆ ਇਫ ਸੇ ਆਈ ਵਾਸ ਆਸਕਡ ਅ ਕੁਐਸਚਨ ਮੈਨੂੰ ਪੁੱਛਿਆ ਗਿਆ ਇਫ ਆਈ ਸੇ ਰਾਮ ਹੈਲਪਸ ਸ਼ਾਮ ਰਾਮ ਨੇ ਸ਼ਾਮ ਦੀ ਹੈਲਪ ਕੀਤੀ ਰਾਮ ਡੂਅਰ ਹੈ ਰਾਮ ਨੇ ਕੀਤੀ ਜਦਾਂ ਮੈਂ ਪੁੱਛਿਆ ਮੈਂ ਡੂਅਰ ਰਾਮ ਨੇ ਹੈਲਪ ਕੀਤੀ ਨਾ ਸ਼ਾਮ ਜੇ ਮਕਮਾ ਰਾਮ ਵਾਸ ਹੈਲਪਡ ਕਿ ਰਾਮ ਇਜ਼ ਹੈਲਪਡ ਰਾਮ ਨੇ ਹੈਲਪ ਨਹੀਂ ਕੀਤੀ ਰਾਮ ਨੂੰ ਹੈਲਪ ਮਿਲੀ ਹੈ ਰਾਮ ਦੀ ਹੈਲਪ ਕੀਤੀ ਗਈ ਹੈ ਕਿਹਨੇ ਕੀਤੀ ਬਾਏ ਸਮਨ ਆਈ ਐਮ ਨੋਟ ਸ਼ੋਰ ਬਟ ਰਾਮ ਨੇ ਹੈਲਪ ਨਹੀਂ ਕੀਤੀ ਰਾਮ ਦੀ ਹੈਲਪ ਕੀਤੀ ਇਫ ਆਈ ਸੇ ਦੇ ਆਸਕਡ ਇਫ ਆਈ ਸੇ ਦੇ ਆਸਕਡ ਉਹਨਾਂ ਨੇ ਪੁੱਛਿਆ ਇਫ ਆਈ ਸੇ ਦੇ ਵਰ ਆਸਕਡ ਉਹਨਾਂ ਨੂੰ ਪੁੱਛਿਆ ਗਿਆ this is the second form of the verb and this is third form of the verb i am shocked to see asked asked ਤੁਹਾਨੂੰ ਪਤਾ ਨਹੀਂ ਸੈਕਿੰਡ ਫਾਰਮ ਵੀ ਸੇਮ ਹੁੰਦੀ ਹੈ ਥਰਡ ਫਾਰਮ ਵੀ ਸੇਮ ਹੁੰਦੀ ਹੈ ਤੇ ਥਰਡ ਫਾਰਮ ਦੋ ਹੀ ਕੇਸ ਇਸ ਪਲੇਸ ਦੇ ਵਿੱਚ ਆਏਗੀ ਜਾਂ ਤਾਂ ਉਹ ਪੈਸਿਵ ਸੈਂਟੈਂਸ ਹੋਵੇ ਤੇ ਪੈਸਿਵ ਸੈਂਟੈਂਸ ਦਾ ਮਤਲਬ ਹੁੰਦਾ ਹੈ ਕਿ ਉਹ ਕੰਮ ਕਰਨ ਵਾਲਾ ਪਰਸਨ ਨਹੀਂ ਹੈ ਸਬਜੈਕਟ ਜਿਹੜਾ ਹੈ ਉਹ ਡੂਅਰ ਨਹੀਂ ਹੈ ਸਬਜੈਕਟ ਕੀ ਹੈ ਰਿਸਿਵਰ ਹੈ ਦੂਸਰਾ ਹੁੰਦਾ ਹੈ ਜੇ ਤੋਂ ਪਰਫੈਕਟ ਹੋਵੇ ਪਰਫੈਕਟ ਮਤਲਬ ਹੈਜ਼ ਹੈਵ ਜਾਂ ਹੈਡ ਲੱਗਾ ਹੋਵੇ ਤੇ ਨਾਲ ਫਿਰ ਕਿਹੜੀ ਫਾਰਮ ਆਫ ਦੀ ਵਰਬ ਆਉਂਦੀ ਹੈ ਥਰਡ ਫਾਰਮ ਤੇ ਜੇ ਉਹ ਇਜ਼ ਆਮ ਆਰ ਜਾਂ ਵਾਸ ਵਰ ਦੇ ਨਾਲ ਆਏ 댓 मींस ਉਸ ਵੀ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਇਹਦੇ ਨਾਲ ਵਰਬ ਦੀ ਕੀ ਫਾਰਮ ਆਈ ਹੈ ਥਰਡ ਫਾਰਮ ਆਈ ਹੈ ਤੇ ਪੈਸਿਵ ਹੈ ਸੀ ਮੈਂ ਜੋ ਦੱਸਣਾ ਚਾਹੁੰਦਾ ਹਾਂ ਉਹ ਸਿਰਫ ਇਹ ਹੈ ਜੇ ਮੈਂ ਕਮਾ ਹੂ ਵਰ ਕੈਟਾਗਰਾਈਜ਼ਡ ਸੌਰੀ ਹੂ ਕੈਟਾਗਰਾਈਜ਼ਡ ਇਹਦਾ ਮਤਲਬ ਹੋ ਜਾਏਗਾ ਜਿਨ੍ਹਾਂ ਨੇ ਕੈਟਾਗਰਾਈਜ਼ ਕੀਤਾ ਦੇ ਬਿਕਮ ਦਾ ਡੋਰ ਬਟ ਇਹਨਾਂ ਨੇ ਕੈਟਾਗਰਾਈਜ਼ ਕੀਤਾ ਨਹੀਂ ਇਹਨਾਂ ਨੂੰ ਕੈਟਾਗਰਾਈਜ਼ ਕੀਤਾ ਗਿਆ ਸੋ ਥੈਟ ਮੀਨਸ ਹੂ ਵਰ ਕੈਟਾਗਰਾਈਜ਼ਡ ਜਿਨ੍ਹਾਂ ਨੂੰ ਕੈਟਾਗਰਾਈਜ਼ ਕੀਤਾ ਗਿਆ ਸੀ ਔਨ ਦਾ ਬੇਸਿਸ ਆਫ देयर ਇਨਕਮ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਕੈਟਾਗਰਾਈਜ਼ ਕੀਤਾ ਗਿਆ ਸੀ ਔਨ ਦਾ ਬੇਸਿਸ ਆਫ ਦੇਅਰ ਇਨਕਮ ਫਰਮ ਅਨ ਟੂ ਅਨ ਇੱਥੇ ਹੋਰ ਕੀ ਮਿਸਟੇਕ ਹੈ ਬਾਰ ਗ੍ਰਾਫ ਤੇ ਪਾਈ ਚਾਰਟ ਇਹ ਸਿੰਗੂਲਰ ਹੈ ਇਸ ਕਰਕੇ ਇੱਥੇ ਰਿਵੀਲਸ ਤੇ ਇਲਸਟ੍ਰੇਟਸ ਆਣਾ ਹੈ ਇਹਦੇ ਵੀ ਮਾਰਕਸ ਕੱਟਨੇ ਹੈ ਕਰੈਕਟ ਤੇ ਇੱਥੇ ਵਿਚ ਇਲਸਟ੍ਰੇਟ ਦੇ ਸਪੈਲਿੰਗ ਗਲਤ ਹੈ ਇਸ ਤੋਂ ਇਲਾਵਾ ਵਿਚ ਐਮਿਟਿਡ ਬਾਈ ਡਿਫਰੈਂਟ ਇਨਕਮ ਗਰੁੱਪ ਵਿਚ ਵਾਸ ਐਮਿਟਿਡ ਬਾਈ ਇਥੇ ਵਿੱਚ ਵਾਸ ਇਮਿਟਡ ਕਿਉਂ ਆਨਾ ਹੈ ਵਿੱਚ ਵਾਸ ਇਮਿਟਡ ਕਿਉਂ ਆਨਾ ਹੈ ਕਿਉਂਕਿ ਕਿ ਇਹ ਵੀ ਪੈਸਿਵ ਹੈ ਜੇ ਨੂ ਇਮਿਟ ਕੀਤਾ ਗਿਆ ਜੇ ਨੇ ਇਮਿਟ ਤਾਂ ਨਹੀਂ ਕੀਤਾ ਸੋ ਇਥੇ ਜੋ ਇੱਕ ਪ੍ਰੋਬਲਮ ਆ ਰਹੀ ਹੈ ਉਹ ਹੈ ਕਿ ਐਕਟਿਵ ਪੈਸਿਵ ਤੇ ਹੋਰ ਜ਼ਿਆਦਾ ਕੀਤੇ ਦੀ ਲੋੜ ਹੈ ਧਿਆਨ ਦੂਸਰਾ ਪਾਰਟ can i tell ਚਲੋ ਪਹਿਲਾਂ ਇਹਨੂੰ ਦੇਖ ਲਈਏ the biggest contribution of high income people in co2 emission 63% ਇਸ ਪੋਰਸ਼ਨ ਦੇ ਵਿੱਚ ਵਰਬ ਕਿੱਥੇ ਹੈ ਲੈਟਸ ਸੀ ਜੋ ਵੀ ਲਿਖਿਆ ਨੂੰ ਆਪਾਂ ਪਹਿਲਾਂ ਇੱਧਰ ਦੇਖਦੇ ਹਾਂ ਮੈਨੇਜ ਕਰਦੇ ਕੀ ਲਿਖਿਆ The biggest contribution of high income people in CO2 emission sixty three percent bracket. Full stop. ਕੰਡੋ ਸੇ ਕਿ ਮੈਨੂੰ ਇੱਥੇ ਕਿਹੜੀ ਵੋਬ ਹੈ ਹਾਂਜੀ ਸੋ ਐਕਚੁਅਲੀ ਵਾਸ ਆਣਾ ਕਿੱਥੇ ਆਣਾ ਮਿਸ਼ਨ ਤੋਂ ਬਾਅਦ ਤੁਸੀਂ ਇੱਥੇ ਵਾਸ ਵਿਟਨੈਸ ਵੀ ਲਿਖ ਸਕਦੇ ਹੋ ਬਟ ਤੁਸੀਂ ਇੱਥੇ ਸਿੰਪਲੀ ਬ੍ਰੈਕਟ ਨੂੰ ਹਟਾ ਕੇ ਇਕੱਲਾ ਵੀ ਕਿ ਲਿਖ ਸਕਦੇ ਹੋ ਵਾਸ बट आई विल स्टिल विजेस्ट एक बहुत वादिया सेंटेंस नहीं है हाँ तुसी लिखो वॉज विटनेस ब्रैकेट्स की लिख दो थ्री परसेंट ऐसा भी सही है और तुसी लिख सकते हो द बिगेस्ट कॉन्ट्रीब्यूशन वॉज ऑफ हाई इनकम पीपल इन सीओ टूदी थ्री परसेंट ए मतलब है पूरे सेंटेंस का बिगेस्ट कंट्रीब्यूशन हाई इनकम पीपल दासी ऑफ द मतलब क्यों द तो नहीं लिख सकते बिगेस कंट्रीब्यूशन वॉज हाई इनकम पीपल यद मतलब हो जाएगा बिगस्ट कंट्रीब्यूशन हाई इनकम पीपल सी डू यू अंडरस्टैंड बिगस्ट कंट्रीब्यूशन पीपल तो नहीं पीपल दू यू अंडरस्टैंड ਸੋ ਇਸ ਕਰਕੇ ਇਦਾਂ ਲਿਖਣਾ ਪਏਗਾ ਦ ਬਿਗੇਸਟ ਕੰਟ੍ਰਿਬਿਊਸ਼ਨ ਵਾਸ ਆਫ ਹਾਈ ਇਨਕਮ ਪੀਪਲ ਇਨ ਕਾਰਬਨ ਡਾਈਆਕਸਾਈਡ ਏਮਿਸ਼ਨ ਵਿਚ ਵਾਸ 63 ਪਰਸੈਂਟ ਸੋ ਇਥੇ ਮੈਨੂੰ ਇਦਾਂ ਕਿਉਂ ਲਿਖਣਾ ਚਾਹੀਦਾ ਹੈ ਇਹ ਦੀ ਬਜਾਏ ਉਹ ਕਿਉਂਕਿ ਜਿਵੇਂ ਕਮ ਆਫ ਦ ਬਿਗੇਸਟ ਕੰਟ੍ਰਿਬਿਊਸ਼ਨ ਆਫ ਹਾਈ ਇਨਕਮ ਪੀਪਲ ਇਨ ਕਾਰਬਨ ਡਾਈਆਕਸਾਈਡ ਏਮਿਸ਼ਨ ਵਾਸ ਵਿਟਨੈਸਡ ਠੀਕ ਹੈ ਬਟ ਵਾਸ 63 ਪਰਸੈਂਟ ਇਹਦਾ ਮਤਲਬ ਉਹਨਾਂ ਦਾ ਹੋਰ ਵੀ ਕੋਈ ਕੰਟ੍ਰਿਬਿਊਸ਼ਨ ਸੀ ਬਿਗੇਸਟ ਕੰਟ੍ਰਿਬਿਊਸ਼ਨ ਇਹ ਸੀਗਾ ਬਟ ਉਹਨਾਂ ਦਾ ਹੋਰ ਵੀ ਕੋਈ ਕੰਟ੍ਰਿਬਿਊਸ਼ਨ ਸੀ ਤੁਹਾਨੂੰ ਸਮਝ ਆਂਦਾ ਹੈ ਜਿਵੇਂ ਕਮਾ ਇਸ ਬੰਦੇ ਦਾ బిਗੇਸਟ ਕੰਟਰੀਬਿਊਸ਼ਨ ਇਹ ਸੀ ਇਹਦਾ ਮਤਲਬ ਉਹਨੇ ਹੋਰ ਵੀ ਕੀਤੇ ਹੋਗੇ ਤਾਂ ਉਹਨਾਂ ਸਾਰਿਆਂ ਚ ਵੱਡਾ ਦੱਸ ਰਿਹਾ ਮੈਂ ਬਟ ਉਹਨਾਂ ਨੇ ਹੋਰ ਤਾਂ ਕੀਤੇ ਨਹੀਂ ਉਹ ਤਾਂ ਇੰਡੀਵਿਜੂਅਲ ਵੈਲਿਊ ਹੈ ਇੱਕੋ ਹੀ ਵੈਲਿਊ ਹੈ 63% ਉਸ ਤੋਂ ਲਾਭ ਤਾਂ ਹਾਈ ਇਨਕਮ ਦੀ ਵੈਲਿਊ ਕੋਈ ਹੈ ਹੀ ਨਹੀਂ ਪਾਈ ਚਾਰਟ ਦੇ ਵਿੱਚ ਤਿੰਨੋ ਹੀ ਵੈਲਿਊਜ਼ ਹਨਾ ਇੱਕ ਤਾਂ ਹਾਈ ਇਨਕਮ ਦੀ ਹੈ ਦੂਸਰੀ ਕਿਹੜੀ ਹੈ ਪਰਸੈਂਟੇਜ ਵਾਲੀ ਮੀਡਲ ਗਰੁੱਪ ਦੀ ਹੈ ਮੀਡਲ ਇਨਕਮ ਗਰੁੱਪ ਦੀ ਹੈ ਤੇ ਤੀਸਰੀ ਕਿਹੜੀ ਹੈ ਲੋ ਇਨਕਮ ਗਰੁੱਪ ਦੀ ਹੈ ਹੋਰ ਤਾਂ ਕੋਈ ਵੈਲਿਊ ਹੈ ਨਹੀਂ ਤੇ ਜਿਵੇਂ ਇਹ ਸੈਂਟੈਂਸ ਲਿਖਿਆ ਹੈ ਦਾ ਦਾ బిਗੇਸਟ ਕੰਟਰੀਬਿਊਸ਼ਨ ਆਫ ਹਾਈ ਇਨਕਮ ਪੀਪਲ ਇਨ ਕਾਰਬਨ ਡਾਈਆਕਸਾਈਡ ਐਮਿਸ਼ਨ ਵਾਸ 63% ਤਾਂ ਉਹ ਗਲਤ ਇਸ ਕਰਕੇ ਹੋ ਜਾਂਦਾ ਉਹ ਇਸ ਕਰਕੇ ਕਿਉਂਕਿ ਫਿਰ ਬਿਗ ਹਾਈ ਇਨਕਮ ਪੀਪਲ ਦੀਆਂ ਕਈ ਸਾਰੀਆਂ ਕੰਟਰੀਬਿਊਸ਼ਨਸ ਹੋਣੀਆਂ ਚਾਹੀਦੀਆਂ ਉਹ ਚੋ బిਗੇਸਟ ਆ ਵਾਲੀ ਹੈ ਨਹੀਂ ਸਮਝ ਆਈ ਜੇ ਮੈਂ ਕਹਾਂ ਤੇਜਸਵਨੀ ਦੀ బిਗੇਸਟ ਕੰਟਰੀਬਿਊਸ਼ਨ ਆਹਾ ਆ ਇਹਦਾ ਮਤਲਬ ਤੇਜਸਵਨੀਆਂ ਹੋਰ ਵੀ ਕੰਟਰੀਬਿਊਸ਼ਨਸ ਹੋਣੀਆਂ ਚਾਹੀਦੀਆਂ ਜੇ ਮੈਂ ਐਦਾਂ ਕਹਾਂ ਕਿ బిਗੇਸਟ ਕੰਟਰੀਬਿਊਸ਼ਨਸ ਸਿਮਰਨ ਨੇ ਕੀਤੀ ਹੈ ਇਹਦਾ ਮਤਲਬ ਫਿਰ ਸਿਮਰਨ ਨੇ ਹੋਰ ਨਹੀਂ ਕੀਤੀਆਂ ਕਈਆਂ ਨੇ ਕੀਤੀਆਂ ਉਹਨਾਂ ਚ ਸਭ ਤੋਂ ਜ਼ਿਆਦਾ ਕਿਹਦੀ ਹੈ ਸਿਮਰਨ ਦੀ ਇਨ ਦੈਟ ਕੇਸ ਐਮ ਆਈ ਕਲੀਅਰ ਸੋ ਆਪਾਂ ਨੂੰ ਆ ਵੀ ਲਾਈਨ ਹੀ ਲਿਖਣੀ ਚਾਹੀਦੀ ਆਪਾਂ ਨੂੰ ਇਦਾਂ ਦੱਸਣਾ ਚਾਹੀਦਾ ਕਿ ਬਿਗੇਸਟ ਕੰਟਰੀਬਿਊਸ਼ਨ ਕਿਹਦਾ ਹੈ ਸੋ ਇੱਥੇ ਇਹ ਲਾਈਨ ਗਲਤ ਹੋ ਗਈ ਉਸ ਕੇਸ ਦੇ ਸਾਹਮਣਾ ਨੈਕਸਟ ਹੈ द लीस्ट कंट्रीब्यूशन बाय लो इनकम पीपल अबाउट थर्टीन परसेंट मिडल इनकम लेस देन अ क्वार्टर सीओ टू ट्वेंटी फोर परसेंट ठीक है, सो द लीस्ट कंट्रीब्यूशन बाय लो इनकम पीपल अबाउट थर्टीन परसेंट उपरली मिडल वैल्यू सही है बट ए लीस्ट कंट्रीब्यूशन वर्ब नहीं है बाय लो इनकम पीपल वर्ब नहीं है अबाउट Verb नहीं है, 13 verb नहीं, है? So, again, जो मैं हाईलाइट कर रहा जगह तो बाद लिखना चाहिए द लीस कंट्रीब्यूशन वॉज बाय इनकम ग्रुप पीपल विच वॉज थर्टीन परसेंट डू यू अंडरसटैंड इतना है ਮੈਂ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਬਾਕੀ ਤੁਹਾਡੀ ਮਰਜ਼ੀ ਤੁਹਾਨੂੰ ਸਮਝ ਆਉਂਦਾ ਹੈ ਕਿ ਨਹੀਂ ਯੈਸ ਅਪ ਐਟ ਦਾ ਵਿਲਿਕਸ ਐਂਡ ਵਾਸ ਡਨ ਬਾਈ ਅਗੇਨ ਇਹ ਤਿੰਨ ਚਾਰ ਸੈਂਟੈਂਸਸ ਗਲਤ ਹੈ ਤੇ ਇਹਨਾਂ ਤਿੰਨਾਂ ਚਾਰ ਸੈਂਟੈਂਸਸ ਦੇ ਵਿੱਚ ਨਾ ਕਨਸੈਪਟ ਸੇਮੀ ਪ੍ਰੋਬਲਮ ਆ ਰਹੀ ਹੈ ਕਿ ਐਕਚੁਅਲ ਦੇ ਵਿੱਚ ਵਿੱਚ ਵਰਬ ਨਹੀਂ ਆਈ द हाईस्ट अमिशन ऑफ सीओ टू इन एटमोसफेयर बाय हाई इनकम ग्रुप ट्वेंटी मैट्रिक टन यू नहीं है इन एटमोसफेयर नहीं है बाय हाई इनकम ग्रुप नहीं है ट्वेंटी मैट्रिक टन नहीं है सो कि लिखी इन फिर थिंक अबैट high income group to was what the biggest emission of co2 carbon uh, sorry co2 in atmosphere by high income group was 20 metric ton je mein kama sab to badi contribution high income group di high income group dwara b metric ton si eta matlab high income group dwara aur bhi contributions c si. ਇਦੇ ਵਿੱਚ ਮੈਨੂੰ ਲੱਗਦਾ ਨਾ ਬਹੁਤ ਹੀ ਛੋਟੀ ਥਿਨ ਜਈ ਕਾਈਂਡ ਆਫ ਅੰਡਰਸਟੈਂਡਿੰਗ ਹੈ ਜਿਹੜੀ ਤੁਹਾਨੂੰ ਸਮਝਣਾ ਬੜੀ ਜ਼ਰੂਰੀ ਹੈ ਬਟ ਸ਼ਾਇਦ ਤੁਸੀਂ ਸਮਝ ਨਹੀਂ ਪਾ ਰਹੇ ਕਿ ਨਾ ਦੋਨੋਂ ਸੈਂਟੈਂਸਸ ਵਿੱਚ ਕੀ ਫਰਕ ਪੈ ਜਾਂਦਾ ਹੈ ਸੀ ਮੈਂ ਦੱਸਦਾ ਜੇ ਮੈਂ ਐਦਾਂ ਕਹਾਂ ਦਾ బిਗੇਸਟ ਕੰਟਰੀਬਿਊਸ਼ਨ ਵਾਸ ਆਫ ਹਾਈ ਇਨਕਮ ਪੀਪਲ ਇਨ ਕਾਰਬਨ ਡਾਈਆਕਸਾਈਡ ਐਮਿਸ਼ਨ ਵਿਚ ਵਾਸ 63% ਇਹ ਆਈ ਸੀ ਸੈਂਟੈਂਸ ਨੂੰ ਮੈਂ ਅੱਧਾ ਲਿਖਾ ਦ బిਗੇਸਟ ਬਾਕੀ ਇਕੱਠੇ ਕਰਦੇ ਹਾਂ

CO2 emission was 20 metric ton ina dono ch ki farak hai je main da kawan da biggest contribution of high income people in CO2 emission was 20 metric ton ehda matlab high income people da sab to vadda contribution carbon emission de vich 20 metric ton sega ehda matlab high income people de hor vi contribution hage hai te unna vich to sab to vadda kida si ट्वेंटी मैट्रिक टन बट ऐ नहीं है आपा इिगैस कंट्रीब्यूशन हाई इनकम पीपल दफ या इतना है बाय सो इत की लिखना पेगा वॉस द बिगैस कंट्रीब्यूशन वॉज बाय हाई इनकम पीपल इन कार्बन डाइऑक्साइड एंड मिशन या तो ब्रैकेट लिखो ट्वेंटी मैट्रिक टन या फिर की लिखो विच वॉज ट्वेंटी मैट्रिक टन ਇਹ ਜੇ ਤੁਸੀਂ ਇੱਥੇ ਇਹਨੂੰ ਐਦਾਂ ਲਿਖ ਰਹੇ ਹੋ ਨਾ ਐਦਾਂ ਤਾਂ ਦਿੱਕਤ ਹੈ ਆਹ ਸੈਂਟੈਂਸ ਐਕਚੁਅਲੀ ਕੀ ਹੋ ਰਿਹਾ ਗਲਤ ਹੋ ਰਿਹਾ ਗ੍ਰਾਮੈਟਿਕਲੀ ਸਹੀ ਹੈ ਬਟ ਕਨਸੈਪਚੁਅਲੀ ਇਹ ਕੀ ਹੋ ਰਿਹਾ ਗਲਤ ਹੋ ਰਿਹਾ ਮੀਨਿੰਗ ਇਹਦਾ ਵੀ ਕੁਝ ਬਣਦਾ ਬਟ ਉਹ ਮੀਨਿੰਗ ਸਾਡੇ ਕੋਲ ਅਵੇਲੇਬਲ ਹੈ ਨਹੀਂ ਇਸ ਕਰਕੇ ਇਹ ਗਲਤ ਹੋ ਜਾਣਾ ਹੈ ਜੋ ਮੈਂ ਸਮਝਾ ਪਾ ਰਿਹਾ ਹਾਂ ਤੁਹਾਨੂੰ ਸਮਝ ਵੀ ਆ ਰਿਹਾ ਮੈਂ ਕੀ ਕਹਿ ਰਿਹਾ ਐਟ ਦ ਟੂ ਜਦੋਂ ਲਿਖਿਆ ਤਾਂ ਇੱਥੇ ਸਾਨੂੰ ਕੀ ਲਿਖਣਾ ਚਾਹੀਦਾ ਫ੍ਰੋਮ ਓਵਰਆਲ ਹਾਈ ਇਨਕਮ ਗਰਪ ਇਮਿਟਿਡ ਦ CO2 ਇਨ ધ ਐਟਮੋਸਫੀਅਰ ਵਾਸ ਮੋਸਟ ਐਂਡ ਦ ਲੀਸਟ ਕੰਟਰੀਬਿਊਸ਼ਨ ਬਾਈ ਲੋ ਇਨਕਮ ਗਰਪ ਇਸ ਸੈਂਟੈਂਸ ਦਾ ਆਪਾਂ मीनिंग ਪਹਿਲਾਂ ਸਮਝਦੇ ਆ ਕਿ मीनिंग ਇਹਦਾ ਹਾਈ ਇਨਕਮ ਗਰੁੱਪ ਅਮਿਟਡ ਦਾ CO2 ਇਨ ਐਟਮੋਸਫੇਅਰ ਵਾਸ ਮੋਸਟ ਟਰਾਈ ਕਰੋ ਮੈਨੂੰ ਦੱਸੋ ਤਾਂ ਕੀ मीनिंग ਇਹਦਾ ਹਾਂਜੀ ਦੱਸਣਾ ਤਾਂ ਇਹ ਚਾਹੁੰਦੇ ਆ ਕਿ ਹਾਈ ਇਨਕਮ ਗਰੁੱਪ ਨੇ ਜਿਹੜੀ ਐਮਿਟ ਕੀਤੀ ਹੈ ਨਾ ਕਾਰਬਨ ਡਾਈਆਕਸਾਈਡ ਐਮਿਸ਼ਨ ਬਰੋਟ ਐਟਮੋਸਫੇਅਰ ਦੇ ਵਿੱਚ ਉਹ ਜ਼ਿਆਦਾ ਹੈ ਸਭ ਨਾਲੋਂ ਜ਼ਿਆਦਾ ਇਹ ਦੱਸਣਾ ਚਾਹੁੰਦੇ ਆ ਬਟ ਸੈਂਟੈਂਸ ਦਾ ਮਤਲਬ ਉਹਦਾ ਕੁਝ ਵੀ ਨਹੀਂ ਬਣ ਰਿਹਾ ਇਹ ਪਤਾ ਕੀ ਬਣਨਾ ਸੀ ਦੱਸਾਂ ਜਾਉ ਨਹੀਂ ਦੱਸਦਾ ਹਾਈ ਇਨਕਮ ਗਰੁੱਪ ਨੂੰ ਜਿਵੇਂ ਇਦਾਂ ਲਿਖਦਾ ਕੋਈ ਦਿੱਕਤ ਨਹੀਂ ਐਮਿਟਿਡ ਦਾ ਮੋਸਟ CO2 ਯਾ ਦਾ ਹਾਈਐਸਟ బిਗੇਸਟ ਦਾ ਮੋਸਟ ਮੈਕਸਿਮਮ ਹੋਰ ਕੀ ਬੜਾ ਸਕਦਾ CO2 ਇਨ ਦਾ एटमोसफी ठीक है हाई इनकम ग्रुप इमिटेड मैक्सिम सीओ टू इन दर हाई इनकम ग्रुप इमिटेड दीओ टू हाई इनकम ग्रुप इमिटेड दू इन द एटमोसफेयर मतलब हाई इनकम ग्रुप ने कार्बन डाइऑक्साइड की ना इमिट किया वॉज मोस्ट एस नहीं बन रहा यह बेस नहीं बन रहा जे आप वॉज मोस्ट नीओ तो टू तो मोहरे लिख दिए मोस्ट की है सब लोग ज्यादा की है कार्बन डाइऑक्साइड ही है ना तो मोहरे लिखो फिर तुसी दसो है आ वाला कि उपर वाला सबने लिखे सही होना चाहिए नहीं इधर नहीं है बट यू नीड टू अंडरस्टैंड हाउ टू करेक्ट इट

जड़े वर्ड्स है इनक्रीज डिक्रीज सर्जड इन्क्लाइंड डिक्लाइंड रोज और वेंट अप ਜਾਂ ਵੈਂਟ ਡਾਊਨ ਰਿਮੇਨਡ ਸੇਮ ਜਾਂ ਤੁਸੀਂ ਯੂਜ਼ ਕਰਦੇ ਹੋ ਰਿਮੇਨਡ ਕਨਸਟੈਂਟ ਜਾਂ ਰਿਮੇਨਡ ਸਟੇਬਲ ਐਸਾਂ ਦੇ ਜਿਹੜੇ ਵਰਡਸ ਹੈ ਇਹਨਾਂ ਦੇ ਨਾਲ ਤੁਸੀਂ ਕਦੀ ਵੀ ਵਾਸ ਜਾਂ ਫਿਰ ਵਰ ਯੂਜ਼ ਨਹੀਂ ਕਰਨਾ ਸਿੰਪਲ ਕੋਈ ਦੂਜਾ ਆਪਸ਼ਨ ਹੈ ਹੀ ਨਹੀਂ ਇਹਦੇ ਅਗੇਂਸਟ ਜਿਹੜਾ ਵਰਡ ਹੈ ਵਿਟਨੈਸਡ ਨੋਟਿਸਡ ਸੀਨ ਵਿਟਨੈਸਡ ਨੋਟਿਸਡ ਸੀਨ ਇਹ ਵਰਡ ਯੂਸ ਸਮਝਦੇ ਹੋ ਕਿ ਨਹੀਂ this value was witnessed this value was noticed this value was seen ਇਹਨਾਂ ਦੇ ਨਾਲ ਯੂਜ਼ ਕਰ ਸਕਦੇ ਹੋ ਇਹਨਾਂ ਦੇ ਨਾਲ ਨਹੀਂ ਯੂਜ਼ ਕਰਨਾ ਤੇ ਜਿਵੇਂ ਦੇਖਿਆ ਫੇਰ ਮੈਂ ਕੱਟ ਦੂੰ ਹੋਰ ਕੀ ਸੋ ਵਾਸ ਗਲਤ ਹੈ ਕਿਤੇ ਵੀ ਨਹੀਂ ਆਣਾ ਇਨਕਰੀਜ਼ ਜਿੱਥੇ ਵਰਡ ਆ ਗਿਆ ਉੱਥੇ ਤੁਸੀਂ ਵਾਸ ਨਹੀਂ ਉਸ ਦਾ ਉਹਦੇ ਮੋਰੇ ਕਹਿ ਰਿਹਾ ਮੈਂ ਹੈਡ ਇਨਕਰੀਜ਼ ਕਿਉਂ ਲਿਖੋਗੇ ਤੁਸੀਂ ਮੈਨੂੰ ਦੱਸੋ ਹੈਡ ਇਨਕਰੀਜ਼ ਆਪਾਂ ਕਹੇ ਹੈਡ ਇਨਕਰੀਜ਼ ਲਿਖ ਸਕਦੇ ਉਹ ਤਾਂ ਪਰਫੈਕਟ ਹੋ ਗਿਆ ਪਾਸਟ ਪਰਫੈਕਟ ਤੇ ਪਾਸਟ ਪਰਫੈਕਟ ਆਪਾਂ ਮੂੰ ਚਾ ਕੇ ਕਿਤੇ ਵੀ ਲਾ ਦਈਏ ਕਿ ਉਹਦਾ ਕੋਈ ਸਿਚੁਏਸ਼ਨ ਹੁੰਦੀ ਹੈ ਕੋਈ ਕਿਸੇ ਟੈਂਸ ਦੀ ਜਗ੍ਹਾ ਹੁੰਦੀ ਹੈ ਲਗਾਉਣ ਦੀ ਕਿ ਕਿਤੇ ਵੀ ਲੱਗ ਜਾਂਦਾ ਉਹ ਜਗ੍ਹਾ ਹੁੰਦੀ ਹੈ ਪਾਸਟ ਪਰਫੈਕਟ ਤੇ ਪਾਸਟ ਚ ਫਰਕ ਕੀ ਹੁੰਦਾ ਹੈ ਪਾਸਟ ਦਾ ਮਤਲਬ ਹੁੰਦਾ ਹੈ ਪਾਸਟ ਦੇ ਵਿੱਚ ਕੋਈ ਇਵੈਂਟ ਹੋਇਆ ਪਾਸਟ ਪਰਫੈਕਟ ਦਾ ਮਤਲਬ ਹੁੰਦਾ ਹੈ ਪਾਸਟ ਤੋਂ ਪਹਿਲਾਂ ਖਤਮ ਹੋ ਚੁੱਕਾ ਸੀ డు ਯੂ ਅੰਡਰਸਟੈਂਡ ਜਦੋਂ ਮੈਂ ਕਹਾਂ ਪਿਛਲੇ ਸਾਲ ਇਹ ਵੈਲਿਊ ਸੀ ਪ੍ਰੀਵੀਅਸ ਈਅਰ ਇਹ ਵੈਲਿਊ ਸੀ 2002 ਦੇ ਵਿੱਚ ਇਹ ਵੈਲਿਊ ਸੀ ਉੱਚ ਕਦੀ ਪਾਸ ਪਰਫੈਕਟ ਆਈ ਨਹੀਂ ਸਕਦਾ ਉੱਚ ਆਉਣਾ ਹੀ ਕੀ ਹੈ ਸਿੰਪਲ ਪਾਸਟ ਕਿਉਂਕਿ ਆਪਾਂ ਲਾਈਨ ਹੀ ਉਹ ਲਿਖ ਰਹੇ ਮੈਂ ਇਹ ਦੱਸ ਰਿਹਾ ਕਿ ਪਿਛਲੇ ਸਾਲ ਵੈਲਿਊ ਕੀ ਸੀ ਜਾਂ 2010 ਦੇ ਵਿੱਚ ਵੈਲਿਊ ਕੀ ਸੀ ਉਹਦੇ ਵਿੱਚ ਕਦੀ ਪਾਸ ਪਰਫੈਕਟ ਨਹੀਂ ਆਉਂਦਾ ਪਾਸਟ ਪਰਫੈਕਟ ਆਉਂਦਾ ਜਦੋਂ ਆਪਾਂ ਬਾਏ ਦੇ ਨਾਲ ਟਾਈਮ ਦਸੀਏ ਕਿਹਦੇ ਨਾਲ ਬਾਏ ਬਾਏ ਮਤਲਬ ਹੁੰਦਾ ਉਦੋਂ ਤੱਕ ਫੇ ਇਹਦਾ ਮਤਲਬ ਬਣ ਜਾਏਗਾ ਉਦੋਂ ਤੱਕ ਵੱਧ ਚੁੱਕੀ ਸੀ ਜੇ ਤੁਸੀਂ ਚਾਹੁੰਦੇ ਹੋ ਪਾਸ ਪਰਫੈਕਟ ਯੂਜ਼ ਕਰਨਾ ਤੁਹਾਨੂੰ ਯੂਜ਼ ਕਰਨਾ ਚਾਹੀਦਾ ਬਟ ਯੂ ਨੀਡ ਟੂ ਅੰਡਰਸਟੈਂਡ ਕਿੱਥੇ ਯੂਜ਼ ਕਰਨਾ ਹੈ ਕਿੱਥੇ ਯੂਜ਼ ਨਹੀਂ ਕਰਨਾ ਇੱਥੇ ਨਹੀਂ ਤੁਹਾਡਾ ਹੋਣਾ ਮੈਂ ਦੱਸ ਦੂੰਗਾ ਉਹਨੂੰ ਸਪੈਸੀਫਿਕਲੀ ਮੈਂ ਲਿਖਦਾ ਵੀ ਹਾਂ ਜਦੋਂ ਮੈਂ ਟਾਸਕ ਲਿਖਦਾ ਚੱਲ ਸ਼ੋ ਔਰ ਆਈਲ ਟੈਲ ਯੂ ਵੇਅਰ ਟੂ ਯੂਜ਼ so in detail a considerable proportion of co2 in the atmosphere by high income group was 63% ethe considerable je main hata da ਏ ਨਹੀਂ ਆਣਾ ਇੱਟ ਕੀ ਆਣੇ ਦਾ the proportion of co2 in atmosphere by high income group was 63% ਹੁਣ ਇਹ ਸੈਂਟੈਂਸ ਕੀ ਹੋ ਗਿਆ ਠੀਕ ਮਤਲਬ ਜਿਹੜਾ ਪ੍ਰੋਪੋਰਸ਼ਨ ਸੀਗਾ co2 ਦਾ ਐਟਮੋਸਫੇਅਰ ਦੇ ਵਿੱਚ ਹਾਈ ਇਨਕਮ ਗਰੁੱਪ ਵਾਰਾ 33% ਸੀ the proportion of middle income in atmosphere was 42% ਟੋਟਲੀ ਗਲਤ ਹੈ ਪਹਿਲਾਂ ਮੈਨੂੰ ਇਹ ਦੱਸੋ ਮਿਡਲ ਇਨਕਮ ਦਾ ਪ੍ਰੋਪੋਰਸ਼ਨ ਸੀਗਾ ਦੇਖੋ ਜਦੋਂ ਮੈਂ ਇਦਾਂ ਲਿਖਾ ਹਦਾ proportions of middle income in atmosphere was 24% ਮੀਡਲ ਇਨਕਮ ਦਾ ਐਟਮੋਸਫੇਅਰ ਚ ਪ੍ਰੋਪੋਰਸ਼ਨ 24% ਮੀਡਲ ਇਨਕਮ ਉਹਦੇ ਪਏ ਉੱਤੇ ਜੇ ਤੁਸੀਂ ਮੀਡਲ ਇਨਕਮ ਗਰੁੱਪ ਵੀ ਕਹੋ ਨਾ ਇਹਦਾ ਮਤਲਬ ਦੇਖੋ ਕੀ ਬਣਦਾ ਮੀਡਲ ਇਨਕਮ ਗਰੁੱਪ ਦਾ ਪ੍ਰੋਪੋਰਸ਼ਨ ਐਟਮੋਸਫੇਅਰ ਦੇ ਵਿੱਚ 24% ਸੀ proportion ਸਭ ਤੋਂ ਪਹਿਲਾਂ ਤਾਂ ਆਪਾਂ ਡਿਸਾਈਡ ਕਰਨਾ ਹੈ ਕਿ ਪ੍ਰੋਪੋਰਸ਼ਨ ਉੱਪਰ ਤੁਸੀਂ ਪਤਾ ਕਿਹਦਾ ਪ੍ਰੋਪੋਰਸ਼ਨ ਲਿਖਿਆ ਆ। ਆਫ ਇਹ ਯਾਦ ਰੱਖੋ ਆਫ ਤੋਂ ਬਾਅਦ ਤੁਸੀਂ ਕੀ ਲਿਖਿਆ? ਇੱਥੇ ਤੁਸੀਂ ਆਫ ਤੋਂ ਬਾਅਦ ਗਰੁੱਪ ਲਿਖ ਦਿੱਤਾ ਹੈ ਮਿਡਲ ਇਨਕਮ। ਦੈਟ ਮੀਨਸ ਫਾਰ ਐਗਜ਼ਾਮਪਲ ਜਿਵੇਂ ਕਮਲ ਲੋਕੀ ਟਰੈਵਲ ਕਰਦੇ ਆ ਟਰੇਨ ਦੇ ਵਿੱਚ ਤਾਂ ਪ੍ਰੋਪੋਰਸ਼ਨ ਮੈਂ ਪੀਪਲ ਦਾ ਲਿਖਣਾ ਹੈ ਕਿ ਪ੍ਰੋਪੋਰਸ਼ਨ ਟਰੇਨ ਦਾ ਲਿਖਣਾ ਹੈ ਇਹ ਡਿਸਾਈਡ ਕਰਨਾ ਪਵੇਗਾ ਪਹਿਲਾਂ ਸੋ ਮੋਸਟ ਲਾਈਕਲੀ ਟਰੇਨ ਦਾ ਪ੍ਰੋਪੋਰਸ਼ਨ ਨਹੀਂ ਹੋਏਗਾ ਕਿਹਦਾ ਹੋਏਗਾ? ਪੀਪਲ ਦਾ ਤੇ ਇੱਥੇ ਜਿਹੜਾ ਪ੍ਰੋਪੋਰਸ਼ਨ ਸੀਗਾ ਨਾ ਜਾਂ ਮੈਟ੍ਰਿਕ ਟਨ ਸੀਗਾ ਉਹ ਲੋਕਾਂ ਦਾ ਨਹੀਂ ਸੀਗਾ 24% ਮੀਡਲ ਇਨਕਮ ਵਾਲੇ ਕਾਰਬਨ ਡਾਈਆਕਸਾਈਡ ਐਮਿਟ ਨਹੀਂ ਕਰਦੇ 24% ਕਾਰਬਨ ਡਾਈਆਕਸਾਈਡ ਹੈ ਨਾ ਜਿਹੜੀ ਟੋਟਲ ਦੀ ਉਹ ਮੀਡਲ ਇਨਕਮ ਵਾਲੇ ਕੀ ਕਰਦੇ ਐ ਐਮਿਟ ਕਰਦੇ ਐ ਸੋ ਜਿਹੜੀ ਪਰਸੈਂਟੇਜ ਹੈ ਉਹ ਮੀਡਲ ਇਨਕਮ ਦੀ ਹੈ ਹੀ ਨਹੀਂ ਉਹ ਕਦੀ ਹੈ CO2 ਸੋ ਗਲਤ ਹੋ ਗਿਆ ਪੂਰੀ ਲਾਈਨ ਹੀ ਆ ਦਾ ਪ੍ਰੋਪੋਰਸ਼ਨ ਆਫ ਮੀਡਲ ਇਨਕਮ ਇਨ ધ ਐਟਮੋਸਫੇਅਰ which was the ਲੋ ਦਾਨੀਆਣਾ ਲੋ इन्ह आटस्ट नॉज लो फ्रॉम हाई इनकम बाय थर्टी नाइन परसेंट दिस वैल्यू ऑफ सीओ टू इन एटमोसफेयर बाय लो इनकम वॉज थर्टीन परसेंट फर्दर मोर सीओ टू रिलीजड इन एटमोसफेयर बाय हाई इनकम ग्रुप ट्वेंटी मेट्रिक टन एंड ट्वेंटी फोर मैट्रिक टन इन दिन थाउजेंडेंस भी की है गलत है सो सीओ टू रिलीज इन एटमोसफेयर बाय हे इनकम ग्रुप वॉज ਮੈਂ ਦੱਸਦਾ ਇਹਦਾ ਮਤਲਬ ਇਹ ਆ ਜਾਂਦਾ ਹੈ ਕਿ CO2 मींस ਕਾਰਬਨ ਡਾਈਆਕਸਾਈਡ ਵਾਸ 20 ਮੈਟ੍ਰਿਕ ਟਨ ਐਂਡ 24 ਮੈਟ੍ਰਿਕ ਟਨ ਇਨ ધ ਇਅਰ 1990 ਐਂਡ 2000 ਇਸ ਤੋਂ ਬਾਅਦ ਜਿਹੜਾ ਵਰਡ ਯੂਜ਼ ਕਰਨਾ ਸੀ ਉਹ ਸੀਗਾ ਰਿਸਪੈਕਟਿਵਲੀ ਕਿਉਂਕਿ ਜਦੋਂ ਆਪਾਂ ਉਹ ਦੋ ਦੇ ਨਾਲ ਦੋ ਮੈਚ ਕਰੀਏ ਨਾ ਉਹ ਮੈਚਿੰਗ ਕਰਨ ਦੇ ਨਾਲ ਫਸਟ ਦੀ ਫਸਟ ਵੈਲਿਊ ਹੈ ਸੈਕੰਡ ਦੀ ਸੈਕੰਡ ਵੈਲਿਊ ਹੈ ਇਹਨੂੰ ਰਿਸਪੈਕਟਿਵਲੀ ਕਹਿੰਦੇ ਆ ਤੇ ਇੱਥੇ ਜਿਹੜਾ ਆਹ ਪੋਰਸ਼ਨ ਨੇ ਰਿਲੀਜ਼ਡ ਇਨ ਐਟਮੋਸਫੀਅਰ ਬਾਈ ਹਾਈ ਇਨਕਮ ਗਰੁੱਪ ਇਹਦਾ ਮਤਲਬ ਇੰਦਾ ਬਣਨਾ ਚਾਹੀਦਾ ਹੈ ਕਿ ਜੀਡੀ ਕੀ ਰਿਲੀਜ਼ ਕੀਤੀ ਗਈ ਸੋ ਇੱਥੇ ਤੁਸੀਂ ਵਿਚ ਵਾਸ ਵੀ ਲਿਖਣਾ ਨਹੀਂ ਲਿਖਣਾ ਤਾਂ ਵੀ ਕੋਈ ਨਹੀਂ ਸੋ CO2 ਜੀਡੀ ਕੀ ਰਿਲੀਜ਼ ਕੀਤੀ ਗਈ ਐਟਮੋਸਫੇਅਰ ਦੇ ਵਿੱਚ ਬਾਏ ਹਾਈ ਇਨਕਮ ਗਰਪ ਓ ਬੀ ਮੈਟ੍ਰਿਕ ਟਨ ਸੀ ਜਾਂ 24 ਮੈਟ੍ਰਿਕ ਟਨ ਸੀ ਇਨ ਦਾ ਈਅਰ 1990 ਐਂਡ 2000 ਹਾਂ ਇੱਥੇ ਰਿਸਪੈਕਟਿਵਲੀ ਆਣਾ ਹੈ ਹਾਂਜੀ ਲਾਸਟ ਵਿੱਚ ਉਸ ਤੋਂ ਬਾਅਦ ਫੁੱਲ ਸਟਾਪ ਆਣਾ ਥਿਸ ਫਿਗਰ ਵਾਸ ਡਿਕਰੀਜ਼ਡ ਲਿਖ ਦਿੱਤਾ ਹੈ मैं दसायासी इनक्रीज डिक्रीज दिन मूहे कितने भी वॉज नहीं लाएगा सो दिस फिगर डिक्रीज टू फोर मैट्रिक टन इन प्रीवियस ईयर प्रीवियस डिकेड वुड बी बैटर एंड सिक्स मैट्रिक टन इन ला लेटर ईयर दोनों की वैल्यू तीन इट्ठी लिखी है कार्बन डाइऑक्साइड रिलीज इन द एटमोसफेयर बाय लो इनकम ग्रुप थर्टीन मैट्रिक टन इन स्टार्टिंग ईयर एंड इलेवन मैट्रिक टन इन एंडिंग ईयर which was the least from previous years etthe bhi kithe bhi verb nahi aaye so the carbon dioxide release in the atmosphere by low income group was 13 metric ton kia clear ho gaya te least de mure ki ana si da at least bare minimum e changes chahiye je tu senu ki karna hai ਕਰੈਕਟ ਕਰਨਾ ਨਹੀਂ ਸਮਝ ਆਈ ਦੇਖੋ ਕਿਤੇ ਮੈਂ ਵੋਸ ਕੱਟ ਰਿਹਾ ਕਿਤੇ ਲਗਾ ਰਿਹਾ ਕਿਤੇ ਹੁਣ ਤੁਹਾਨੂੰ ਇਹੀ ਸਮਝਣਾ ਪਏਗਾ ਕਿਥੇ ਕੱਟਣਾ ਹੈ ਤੇ ਕਿਥੇ ਲਗਾਉਣਾ ਹੈ ਕਿਉਂਕਿ ਉਹੀ ਖੇਡ ਹੈ ਸਾਰੀ ਆਈ ਹੈਵ ਸੀਨ ਮжоਰਿਟੀ ਆਫ ਯੂ ਹੈਜ਼ ਰਿਟਨ ਹੈਵ ਰਿਟਨ ਗੁੱਡ ਗ੍ਰਾਮਰ ਇਨ ਯੂਰ 에ਸੇ ਬਟ ਇਨ ਯੂਰ ਟਾਸਕ 1 ਤੋਂ ਨੂੰ ਨਹੀਂ ਸਮਝ ਆ ਰਿਹਾ ਕਿਥੇ ਕੀ ਕਰਨਾ